ਲੋਬੀ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਸਾਡੇ ਸਟੂਡੈਂਟ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਕਰਾਉਣ ਜਾ ਰਹੇ ਹਾਂ। ਆਹ ਨੇ ਸਾਡਾ ਮਨਜੀਤ ਬਾਈ ਤੇ ਆਹ ਸਾਡਾ ਨਾਲ ਵੀਰ ਸੁਖੀ ਤੇ ਆਹ ਸਾਡੇ ਨਾਲ ਮਨੀਸ਼ ਭਾਜੀ ਹੁਣੀ ਤੇ ਆਹ ਸਾਡਾ ਛੋਟਾ ਵੀਰ ਟਾਗਾ ਪੂਨਾ। ਤੇ ਲਓ ਜੀ ਆਹ ਉਗਦੀ ਨਵੀਂ ਪਨੀਰੀ ਨਵੇਂ ਨਵੇਂ ਚਾਵਾਂ ਦੇ ਨਾਲ। ਅੱਜ ਮੈਨੂੰ ਚੌਥਾ ਦਿਨ ਹੋਇਆ ਵਿਸ਼ਾਲ ਭਾਜੀ ਹੁਣੀ ਤੇ ਮੈਂ ਤੁਹਾਡਾ ਤਰਨਜੀਤ ਸਿੰਘ। ਤੇ ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੱਟ ਤਾਂ ਇੰਡੀਆ ਵਿੱਚ ਪੜ੍ਹ ਕੇ ਵੀ ਰਾਜੀ ਨਹੀਂ ਹੁੰਦਾ ਤੇ ਜਦੋਂ ਫਿਰ ਇੱਥੇ ਆ ਕੇ ਪੜ੍ਹਨਾ ਪੈਂਦਾ ਆ ਫਿਰ ਜਾਂ ਤਾਂ ਕੰਡੀਸ਼ਨ ਜੱਟ ਨੂੰ ਪਤਾ ਹੁੰਦੀ ਆ ਤੇ ਜਾਂ ਅੰਗਰੇਜ਼ੀ ਨੂੰ ਪਤਾ ਹੁੰਦੀ ਆ ਜਿਹੜੀ ਉਹ ਬੋਲਦਾ ਆ। ਤੇ ਇਸ ਤਰ੍ਹਾਂ ਜੋ ਕੰਡੀਸ਼ਨ ਬਣਦੀ ਆ ਪੜ੍ਹਦੇ ਤੇ ਆਪਾਂ ਉੱਥੇ ਵੀ ਨਹੀਂ ਆ ਤੇ ਇੱਥੇ ਜਦੋਂ ਫਿਰ ਅੰਗਰੇਜ਼ੀ ਦੇ ਨਾਲ ਫਾਹ ਪੈਂਦਾ ਆ ਤੇ ਫਿਰ ਉਹਦੇ ਉੱਤੇ ਤੇ ਆਪਣੇ ਇੱਥੇ ਮਾਹੌਲ ਦੇ ਉੱਤੇ ਸਾਡੇ ਵੀਰ ਮਨਜੀਤ ਨੇ ਇੱਕ ਛੋਟਾ ਜਿਹਾ ਗਾਣਾ ਲਿਖਿਆ ਆ ਤੇ ਉਮੀਦ ਕਰਦੇ ਆ ਤੁਸੀਂ ਪਸੰਦ ਕਰੋਗੇ। ਤੇ ਬਾਕੀ ਫਿਰ ਮੀਤਾ ਚਾਹ ਜਫਰਵਾਲ ਤੋਂ ਕਰਦੇ ਆਪਣਾ ਟੋਟਕਾ ਸ਼ੁਰੂ। ਲਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਹਾਨੂੰ ਨੇ ਦੱਸ ਹੀ ਦਿੱਤਾ ਹੈ ਕਿ ਪੜ੍ਹਦੇ ਤਾਂ ਆਪਾਂ ਇੰਡੀਆ ਵੀ ਨਹੀਂ ਪਰ ਜਦੋਂ ਇੱਥੇ ਆਣ ਕੇ ਅੰਗਰੇਜ਼ੀ ਨਾਲ ਵਾਹ ਪੈਂਦਾ ਹੈ ਤੇ ਉਦੋਂ ਉਸ ਬੰਦੇ ਦੇ ਕੀ ਬੀਤਦੀ ਹੈ ਜਿਹੜਾ ਅੰਗਰੇਜ਼ੀ ਬੋਲਦਾ ਤੇ ਅੰਗਰੇਜ਼ੀ ਦੇ ਕੀ ਬੀਤਦੀ ਹੈ ਜਿਹੜਾ ਉਹ ਬੰਦਾ ਬੋਲਦਾ। ਤੇ ਦੋਸਤੋ ਉਸ 'ਤੇ ਇੱਕ ਲਿਖਣ ਜੋਗੇ ਹੈ ਤਾਂ ਨਹੀਂ ਪਰ ਚਾਰ ਕੁ ਲਾਈਨਾਂ ਲਿਖੀਆਂ, ਉਮੀਦ ਆ ਤੁਸੀਂ ਪਸੰਦ ਕਰੋਗੇ। ਓ ਅਸੀਂ ਇੰਡੀਆ ਤੋਂ ਆ ਕੇ ਬੈਕ ਬੈਂਚ ਰਿਕਾਏ ਗੋਰਾ ਸਾਨੂੰ ਸੀ ਪੜਾਉਂਦਾ ਸਾਨੂੰ ਸਮਝ ਨਾ ਆਏ। ਓ ਅਸੀਂ ਇੰਡੀਆ ਤੋਂ ਆ ਕੇ ਬੈਕ ਬੈਂਚ ਰਿਕਾਏ ਗੋਰਾ ਸਾਨੂੰ ਸੀ ਪੜਾਉਂਦਾ ਸਾਨੂੰ ਸਮਝ ਨਾ ਆਏ। ਓ ਕਿਉਂਕਿ ਵਿੱਚ ਅੰਗਰੇਜ਼ੀ ਵਿੱਚ ਅੰਗਰੇਜ਼ੀ ਹੱਥ ਢਿੱਲਾ ਸੋਣੀਏ ਨੀ ਬਾਹਰ ਫਸ ਗਿਆ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ ਹਾਂ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ। ਓ ਅਸੀਂ ਲਾਈਆਂ ਗੁਰਦਾਸਪੁਰ ਆਈਲਟ ਕਲਾਸਾਂ ਸਾਨੂੰ ਭੋਰਾ ਵੀ ਨਹੀਂ ਸੀ ਪਾਸ ਹੋਣ ਦੀਆਂ ਆਸਾਂ। ਓ ਅਸੀਂ ਲਾਈਆਂ ਗੁਰਦਾਸਪੁਰ ਆਈਲਟ ਕਲਾਸਾਂ ਸਾਨੂੰ ਭੋਰਾ ਵੀ ਨਹੀਂ ਸੀ ਪਾਸ ਹੋਣ ਦੀਆਂ ਆਸਾਂ। ਓ ਉਸ ਦਾਤੇ ਨੇ ਤਾਂ ਫੜ ਲਿਆ ਦਾਤੇ ਨੇ ਤਾਂ ਫੜ ਲਿਆ ਪੱਲਾ ਸੋਣੀਏ ਨੀ ਬਾਹਰ ਫਸ ਗਿਆ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ ਹਾਂ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ। ਓ ਏਦਾਂ ਵਾਪਸ ਨੀ ਜਾਂਦਾ ਪਹਿਲਾਂ ਕਿਹਾ ਆਇਆ ਨਹੀਂ ਤਾਂ ਕਰਦੇ ਆ ਕਿਹੜਾ ਕਾਕਾ ਤੂੰ ਕੀ ਕਮਾਇਆ। ਓ ਏਦਾਂ ਵਾਪਸ ਨੀ ਜਾਂਦਾ ਪੈਸੇ ਲਾ ਕੇ ਹਾਂ ਆਇਆ ਨਹੀਂ ਤਾਂ ਕਰਦੇ ਆ ਕਿਹੜਾ ਕਾਕਾ ਤੂੰ ਕੀ ਕਮਾਇਆ। ਓ ਮਜ਼ਾ ਜ਼ਿੰਦਗੀ ਦਾ ਲੈਣਾ ਏ ਆ ਜ਼ਿੰਦਗੀ ਦਾ ਲੈਣਾ ਏ ਅਵੱਲਾ ਸੋਹਣੀਏ ਨੀ ਬਾਹਰ ਫਸ ਗਿਆ ਫਸ ਗਿਆ ਮਾਪਿਆਂ ਦਾ ਕੱਲਾ ਸੋਹਣੀਏ ਨੀ ਬਾਹਰ ਫਸ ਗਿਆ ਹਾਂ ਫਸ ਗਿਆ ਮਾਪਿਆਂ ਦਾ ਕੱਲਾ ਸੋਹਣੀਏ ਨੀ ਬਾਹਰ ਫਸ ਗਿਆ। ਉਦੋਂ ਚੇਤੇ ਆਉਂਦੀ ਮਾਂ ਜਦੋਂ ਰੋਟੀਆਂ ਬਣਾਈਏ ਆਪੇ ਕਰਕੇ ਤਿਆਰ ਨਾਲ ਕੰਮ ਤੇ ਲੈ ਜਾਈਏ। ਓ ਉਦੋਂ ਚੇਤੇ ਆਉਂਦੀ ਮਾਂ ਜਦੋਂ ਰੋਟੀਆਂ ਬਣਾਈਏ ਆਪੇ ਕਰਕੇ ਤਿਆਰ ਨਾਲ ਕੰਮ ਤੇ ਲੈ ਜਾਈਏ। ਓ ਆਪਾਂ ਛੇਤੀ ਛੇਤੀ ਮਾਰਨਾ ਏ ਛੇਤੀ ਛੇਤੀ ਮਾਰਨਾ ਏ ਹੱਲਾ ਸੋਣੀਏ ਨੀ ਬਾਹਰ ਫਸ ਗਿਆ ਓ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ ਹਾਂ ਫਸ ਗਿਆ ਮਾਪਿਆਂ ਦਾ ਕੱਲਾ ਸੋਣੀਏ ਨੀ ਬਾਹਰ ਫਸ ਗਿਆ। ਓ ਇੱਥੇ ਤੈਨੂੰ ਜਿਹੇ ਵੀਰ ਜਿਹੜੇ ਕਰਦੇ ਪਿਆਰ ਆਪਾਂ ਦੋ ਸਾਲਾਂ ਦੇ ਬਾਅਦ ਲੈਣੀ ਸੀ ਯਾਰ ਇੱਥੇ ਤੈਨੂੰ ਜਿਹੇ ਵੀਰ ਜਿਹੜੇ ਕਰਦੇ ਪਿਆਰ ਆਪਾਂ ਦੋ ਸਾਲਾਂ ਦੇ ਬਾਅਦ ਲੈਣੀ ਸੀ ਯਾਰ ਸੱਚ ਚਾਲਾਂ ਦਾ ਮਨਜੀਤ ਕਹਿੰਦਾ ਓਏ ਚਾਲਾਂ ਦਾ ਮਨਜੀਤ ਸੱਚ ਗੱਲਾਂ ਸੋਣੀਏ ਨੀ ਬਾਹਰ ਫਸ ਗਿਆ ਓ ਫਸ ਗਿਆ ਮਾਪੇ